ਪਲੀਜ਼ ਸਬਸਕ੍ਰਾਈਬ ਕਰੋ ਤੁਹਾਡੇ ਆਪਣੇ ਪਿੰਡ ਵਾਲੇ ਦਾ ਵਿਲੇਜਰ ਯੂਟਿਊਬ ਚੈਨਲ ਨੂੰ ਅਤੇ ਨਾਲ ਹੀ ਬੈੱਲ ਦੇ ਆਈਕੋਨ 'ਤੇ ਕਲਿੱਕ ਕਰੋ ਸਾਡੀ ਲੇਟੈਸਟ ਵੀਡੀਓ ਸਭ ਤੋਂ ਪਹਿਲਾਂ ਵੇਖਣ ਲਈ। ਵੀਡੀਓ ਵੇਖਣ ਲਈ ਧੰਨਵਾਦ ਦੋਸਤੋ। ਸਤਿ ਸ਼੍ਰੀ ਅਕਾਲ। ਧੰਨ ਧੰਨ ਸਤਿਗੁਰੂ ਤੇਰਾ ਹੀ ਆਸਰਾ, ਧੰਨ ਧੰਨ ਸਤਿਗੁਰੂ ਤੇਰਾ ਹੀ ਆਸਰਾ। ਪਿਤਾ ਜੀ ਜੋ ਕਿ ਆਪਣੇ ਮਿਸ਼ਨ 'ਤੇ ਗਏ ਆ, ਅਜੇ ਤੱਕ ਵਾਪਸ ਨਹੀਂ ਆਏ। ਪ੍ਰੇਮੀਆਂ ਨੇ ਬਹੁਤ ਜ਼ੋਰ ਲਾ ਲਿਆ, ਬਹੁਤ ਅਰਦਾਸਾਂ ਕਰ ਲਈਆਂ, ਕਈ ਪ੍ਰੇਮੀਆਂ ਦੇ ਸੁਪਨੇ 'ਚ ਵੀ ਆਏ ਪਿਤਾ ਜੀ, ਪਿਤਾ ਜੀ ਹੈ। ਕਈਆਂ ਦੇ ਸੁਪਨੇ 'ਚ ਵੀ ਆਏ, ਕਈ ਕੁਛ ਹੋਇਆ। ਜਿਹੜੇ ਮਿਸਨ 'ਤੇ ਪਿਤਾ ਜੀ ਗਏ, ਵਿਚਾਰੇ ਅਜੇ ਨਹੀਂ ਮੁੜ ਕੇ ਆ ਸਕੇ। ਇੱਕੋ ਵੀਰ ਰੋਜ਼ ਹੀ ਕਿਨਾਂ ਦਾ ਉਹਨੇ ਨਾਮ ਚਰਚਾ ਘਰ ਬਣਾਇਆ ਸੀ ਆਪਣਾ ਯੂਟਿਊਬ ਨੂੰ, ਉਹ ਵੀ ਵਿਚਾਰਾ ਹੱਟ ਉੱਡ ਗਿਆ, ਉਹਨੂੰ ਪਤਾ ਪਿਤਾ ਜੀ ਨੇ ਨਹੀਂ ਆਉਣਾ। ਉਹ ਵਿਚਾਰੇ ਪ੍ਰੇਮੀ ਜਿੱਥੇ ਜਾਂਦੇ ਸੀ ਤਾਂ ਲੋਕ ਉਹਨਾਂ ਨੂੰ ਛੇੜਦੇ ਸੀ, ਧੰਨ ਧੰਨ ਸਤਿਗੁਰੂ ਤੁਹਾਡਾ ਹੀ ਆਸਰਾ ਜੀ। ਤਾਂ ਫਰਕ ਪੈ ਗਿਆ, ਇੱਕ ਆਪਣੀ ਹੁੰਦੀ ਸ਼ਹਿਜਾਦੀ ਭੈਣ, ਸ਼ਹਿਜਾਦੀ ਭੈਣ ਹੈ। ਤਾਂ ਪਿਤਾ ਜੀ ਵਿਚਾਰਾ ਕੀ ਕਰਨ ਲਿਆਉਣਾ ਉੱਥੇ, ਉਹਨੂੰ ਪਤਾ ਬਸ ਹੋ ਗਿਆ ਹੈ ਨਾ। ਅਤੇ ਮੇਰੇ ਪ੍ਰੇਮੀਆਂ ਨੂੰ ਸਲਾਹ ਆ, ਅਜੇ ਵੀ ਇੱਕ ਅੱਧਾ ਪ੍ਰੇਮੀ ਪ੍ਰੇਮਣ ਜਿਹੜੀ ਆ ਛਾਲ ਮਾਰ ਜਾਂਦੀ ਕਿਤੇ ਕਿਤੇ, ਨਹੀਂ ਹੋਣਾ ਪਿਤਾ ਨੇ ਹੋਣਾ, ਹੁਣ ਪਿਤਾ ਜੀ ਹੋਰ ਲੱਭੋ ਕੋਈ, ਠੀਕ ਆ। ਅਸਲੀ ਪਿਤਾ ਜੀ ਜਿਹੜੇ ਆ ਨਾ, ਉਹ ਧੰਨ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਆ, ਇਹਨਾਂ ਪਖੰਡੀਆਂ ਤੋਂ ਬਚੋ। ਇਹਨਾਂ ਦੇ ਵਿੱਚ ਸਿਰਫ ਕਾਮ ਵਾਸਨਾ ਆ, ਪੈਸੇ ਦੀ ਭੁੱਖ ਆ, ਇਹਨਾਂ ਕੋਲ ਹੈ ਨਹੀਂ ਕੁਛ ਵੀ, ਠੀਕ ਹੈ ਨਾ। ਪਿਤਾ ਜੀ ਨੇ ਬਹੁਤ ਨਜ਼ਾਰੇ ਲੈ ਲਏ ਆ, ਪਰ ਲੋਕ ਟਲਦੇ ਆ। ਬੁੜੀਆਂ ਨੇ ਫਿਰ ਹੁਣ ਕੋਈ ਦਾਦਾ ਜੀ ਬਣਾ ਲੈਣਾ, ਕੋਈ ਚਾਚਾ ਜੀ, ਪਰ ਜਦੋਂ ਕਿਤੇ ਧੰਨ ਧੰਨ ਸਤਿਗੁਰੂ ਤੇਰਾ ਹੀ ਆਸਰਾ ਆਉਂਦਾ, ਹਾਸਾ ਜਿਹਾ ਆ ਜਾਂਦਾ ਪਿਤਾ ਜੀ। ਦੁਰਪੀੜੇ